ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ। ਇਸ ਹਰਪ੍ਰੀਤ ਸਿੰਘ ਸਾਨਾ ਤੋਂ ਦੋਚੂ ਸਿੰਘ ਵਾਸੀ ਐਚ ਡੀ ਗੇਟ ਬਟਾਲਾ ਜੀ, ਉਹਦੇ ਕੋਲੋਂ ਇੱਕ ਪਿਸਟਲ ਬੱਤੀ ਬੋਲ ਬਰਾਮਦ ਹੋਇਆ। ਇਹ ਜਿਹੜਾ ਪਿਸਟਲ ਹੈ 10/2/23 ਨੂੰ ਲੈ ਕੇ ਆਇਆ ਸੀ ਇਹ ਬਹਿਰਾਮ ਯੂਪੀ ਤੋਂ ਜੀ। ਇਹਨੇ ਆ ਕੇ ਸੁਧੀਰ ਨੂੰ ਵੇਚਤਾ ਜੀ, 2 ਲੈ ਕੇ ਆਇਆ ਸੀ, 1 ਸੁਧੀਰ ਨੂੰ ਵੇਚਤਾ। ਅਤੇ ਅੱਗੋਂ ਕਿਹੜਾ ਪਿਸਟਲ ਹੈ ਸੁਧੀਰ ਕੋਲੋਂ ਭੱਤ ਕਿਆਣਾ ਖੋ ਕੇ ਲੈ ਗਿਆ, ਜੋ ਪੁੱਛਗਿੱਛ ਲੱਗਿਆ ਪਤਾ ਜੀ। ਇੱਕ ਪਿਸਟਲ ਬਰਾਮਦ ਹੋਇਆ ਜੀ, ਅਸੀਂ ਦੋਵਾਂ ਦਾ ਦਿੱਤਾ ਜੀ ਪਰਚਾ, ਇੱਕ ਬੰਦਾ ਭਗੌੜਾ ਜੀ।